अज तुहानू खवाने अपने दुकान के मोटे मोटे तंदूरी मुर्गे। अज तुसीं छोटे भरा दी दुकान के तंदूरी मुर्गे चैक करो। अज तुसीं जरा आओ तुहानू दसीए किदां बनाई दा। फिर अज आओ भाजी हुण करन लगे असीं तैयार अपने तंदूरी मुर्गे। सब तो पहला लाँगे भाजी हैंग दही। इहदा पानी बिल्कुल नहीं चढ़िया अजे। इहनू मल लैणा चंगी तरह। इहदे च पावांगे सब तो पहला असीं हल्दी, धनिया पाउडर, अजवैन, जीरा पाउडर, कस्तूरी मेथी, गरम मसाला। भाजी अही जो बनाई दा सारा ऑनलाइन अपने नैचुरल हर्ब्स दे नाल बनाई दा जे। सानू नहीं आते नखरे करने 14 सीक्रेट मसाले 15 सीक्रेट मसाले। ना कलर वास्ते आपां पावांगे थोड़ी देगी मिर्च, नमक, सरों दा तेल। सरों दा तेल भाजी मुर्गे नू बिल्कुल सॉफ्ट रखता, इहनू सुकन नहीं दिंदा। इहदा टैक्सचर जिहड़ा हुंदा ना बरकरार रखता। हुण इहदे च पावांगे भाजी अपनी लसन अदरक की पेस्ट। उस तो बाद अही पावांगे अपनी हरी मिर्च। तुहानू सब नू पता अही लाल मिर्च आपां यूज नहीं करते, असी हरी मिर्च अपनी यूज करते हैं भाजी। लाल मिर्च जिहड़ी पिछों आनी की पता की है की नहीं है, ਇਹ ਤਾਂ ਪਿਓਰ ਆਪਣੀ ਚੀਜ਼ ਬਣੀ ਹੋਈ ਆ। ਤੁਹਾਨੂੰ ਪਤਾ ਹੈਗਾ ਹਾਂ ਵੀ ਇਹੋ ਚੀਜ਼ ਹੈਗੀ ਆ ਆਪਣੀ ਭਾਜੀ, ਪੇਸਟ ਆਪਣੀ। ਹੁਣ ਇਹਨੂੰ ਕਰਾਂਗੇ ਭਾਜੀ ਅਸੀਂ ਮਿਕਸ। ਭਾਜੀ ਕਿਲੋਆਂ ਦਾ ਹੁੰਦਾ ਨਹੀਂ ਗੇ ਜੇ, ਅਸੀਂ ਕਦੀ ਵੇਖਿਆ ਨਹੀਂ ਕਿਲੋ। ਅਸੀਂ ਤਾਂ ਆਪਣੇ ਮੁਰਗਿਆਂ ਨੂੰ ਲਾਈਦਾ ਜੇ ਕਿ ਹਾਂਜੀ ਜੀ ਅੱਜ 35 ਮੁਰਗੇ ਤਿਆਰ ਕਰਨੇ, 50 ਮੁਰਗੇ ਤਿਆਰ ਕਰਨੇ। ਕਿਲੋਆਂ ਦੇ ਨਾਲ ਕਦੀ ਗੇਮ ਹੀ ਨਹੀਂ ਖੇਡੀ ਅਸੀਂ। ਜਿੰਨੇ ਅੱਜ ਆ ਕੇ ਬਣਾ ਤੇ ਮਾਰੇ ਦਾ ਨਾਂ ਲਈਦਾ। ਬਾਬਾ ਜੀ ਕਰੋ ਕਿਰਪਾ, ਮਾਰਾ ਕਿਰਪਾ ਹੋ ਜਾਂਦੀ ਹੈ ਸਾਡੇ 'ਤੇ। ਹੁਣ ਤੁਸੀਂ ਦੇਖ ਸਕਦੇ ਹੋ ਸਾਡਾ ਮਿਕਸਚਰ ਪੂਰਾ ਹੀ ਮਸਾਲਾ ਜਿਹੜਾ ਇਹਦਾ ਹੈਗਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ, ਤਿਆਰ ਹੈਗਾ। ਹੁਣ ਇਹਨੂੰ ਸਿਰਫ ਅਸੀਂ ਆਪਣੇ ਮੁਰਗੇ ਦੇ ਵਿੱਚ ਸ਼ਿਫਟ ਕਰਨਾ ਹੈ ਆਪਾਂ। ਮੁਰਗੇ ਵੇਖੋ ਭਾਜੀ ਇਕੱਲਾ ਇਕੱਲਾ 850-900 ਗ੍ਰਾਮ ਦਾ ਹੈਗਾ ਜੇ। ਚੂਚੇ ਨਹੀਂ ਕਦੀ ਵੇਚੇ ਅਸੀਂ। ਜਿਹੜੀ ਚੀਜ਼ ਵੀ ਬਣਾਈ ਆਪਾਂ ਬਲਕ ਵਿੱਚ ਬਣਾਈ ਹੈ, ਛੋਟੀ ਕੁਆਂਟਿਟੀ 'ਚ ਨਹੀਂ ਬਣਾਈ। ਇਹ ਤੁਸੀਂ ਵੇਚਦੇ ਪਏ 25 ਮੁਰਗੇ ਹੈਗੇ ਸਾਡੇ। ਇਹਨਾਂ ਨੂੰ ਦੁਬਾਰਾ ਫਿਰ ਇੱਕ ਪਰਾਤ ਭਰ ਕੇ 25 ਮੁਰਗਿਆਂ ਦੀ ਲਾਉਣੀ ਹੈ ਜੀ। ਇੱਦਾਂ ਹੀ ਬਸ ਹੱਥ ਖੇਡ ਕੇ ਭਾਜੀ ਖੁਸ਼ੀ ਦਿਲ ਨਾਲ ਪਿਆਰ ਕਰਨਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਭਾਜੀ ਇਹਦੇ ਮੈਰੀਨੇਸ਼ਨ ਦੇ ਵਿੱਚ। ਇਕੱਲੇ ਇਕੱਲੇ ਮੁਰਗੇ ਨੂੰ ਆਪਾਂ ਟਾਈਮ ਦਾਂਗੇ ਜੀ, 1.5 ਘੰਟਾ ਇਹਨੂੰ ਡਿਪਿੰਗ ਦੇਣੀ ਪੈਣੀ ਜੀ। ਇਹ ਜਿਹੜੇ ਤੁਸੀਂ ਸਪੈਸ਼ਲ ਤੁਸੀਂ ਕੱਟ ਵੇਖਦੇ ਪਏ ਨਾ, ਇਹ ਕੱਟ ਦੇ ਨਾਲ ਹੀ ਇਹਦੇ ਅੰਦਰ ਮੈਰੀਨੇਸ਼ਨ ਚੰਗੀ ਤਰ੍ਹਾਂ ਜਾਣੀ ਹੈ। ਮੈਰੀਨੇਸ਼ਨ ਰੱਖੇ ਨੂੰ ਸਾਨੂੰ ਤਕਰੀਬਨ 1.5 ਘੰਟਾ ਹੋ ਚੁੱਕਾ। ਹੁਣ ਇਹਦੀ ਡਿਪਿੰਗ ਪੂਰੀ ਚੰਗੀ ਤਰ੍ਹਾਂ ਮੇਰੇ ਹਿਸਾਬ ਨਾਲ ਪੂਰੀ ਹੋ ਚੁੱਕੀ ਹੈ। ਹੁਣ ਅਸੀਂ ਇਹਨੂੰ ਇਕੱਲੇ ਇਕੱਲੇ ਮੁਰਗੇ ਨੂੰ ਆਪਾਂ ਸੀਖ 'ਚ ਲਾਵਾਂਗੇ ਜੀ। ਇਹ ਗਿਆ ਭਾਜੀ ਸੀਖ 'ਚ, ਇਹਨੂੰ ਲੈਣੇ ਜੇ ਅਸੀਂ 15 ਤੋਂ 20 ਮਿੰਟ। ਇਹਨੂੰ ਕਰਨਾ ਜੇ ਆਪਾਂ ਤਿਆਰ। ਚੈੱਕ ਕਰੋ ਭਾਜੀ ਤੁਸੀਂ ਮੁਰਗੇ ਤਾਂ ਭਾਜੀ ਬੜੇ ਖਾਧੇ ਤੁਸੀਂ, ਐਡਾ ਮੋਟਾ ਮੁਰਗਾ ਕਦੀ ਖਾਧਾ ਤਾਂ ਅੰਬਰਸਰ 'ਚ? ਮੈਨੂੰ ਦੱਸਿਓ ਤੁਸੀਂ, ਮੈਂ ਵੀ ਚੈੱਕ ਕਰਾਂ। ਮੇਨ ਕਲਾਕਾਰੀ ਭਾਜੀ ਇਹਨਾਂ ਦੀ ਇਹੀ ਓ ਹੈ ਪਕਾਉਣ ਦੀ, ਜਿੰਨਾ ਮੋਟਾ ਮੁਰਗਾ ਹੁੰਦਾ ਉਨਾ ਟਾਈਮ ਜ਼ਿਆਦਾ ਲੱਗਦਾ, ਲੇਕਿਨ ਅਸੀਂ ਆਪਣੇ ਆਰਡ ਦੇ ਹਿਸਾਬ ਨਾਲ ਇਹਨਾਂ ਨੂੰ ਪਕਾਈਦਾ। ਮੁਰਗਾ ਪੂਰਾ ਪੱਕ ਕੇ ਤਿਆਰ ਹੋਏਗਾ, ਕੱਚਾ ਨਹੀਂ ਰਹੇਗਾ ਵਿੱਚੋਂ। ਇਹ ਸੀਖ 'ਚ ਲੱਗ ਕੇ ਤਿਆਰ ਆ ਭਾਜੀ, ਇਹ ਹੁਣ ਤੰਦੂਰ 'ਚ ਜਾਣੇ ਜੇ ਮੁਰਗੇ। ਇਹ ਚੱਲੇ ਜੇ ਹੁਣ ਤੰਦੂਰ 'ਚ ਪਿਆਰ ਕਰਨ ਅੱਗ ਦੇ ਨਾਲ। ਇਹ ਭਾਜੀ ਇਹਨੂੰ 15 ਮਿੰਟ ਲੱਗਣੇ ਜੇ ਹੁਣ। ਓਕੇ ਭਾਜੀ ਆਪਾਂ ਚੈੱਕ ਕਰੀਏ ਹੁਣ ਸਾਡੇ ਮੁਰਗੇ ਜਿਹੜੇ ਲਾਏ ਸੀ ਆਪਾਂ। ਤੁਸੀਂ ਰੰਗ ਚੈੱਕ ਕਰੋ ਭਾਜੀ ਪਹਿਲਾਂ। ਭਾਈ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ, ਇਹ ਵੇਖੋ ਜੀ ਮੁਰਗਾ ਸਾਡਾ ਦੋ ਉਂਗਲਾਂ ਨਾਲ ਹੱਥਾਂ ਨਾਲ ਵੇਖੋ ਟੁੱਟ ਗਿਆ ਸਰ। ਸਭ ਤੋਂ ਵੱਡੀ ਮੁਰਗੇ ਪਹਿਚਾਣ ਹੁੰਦੀ ਜਦੋਂ ਆਪਾਂ ਉਹਨੂੰ ਹੱਥ ਲਾਈਏ ਨਾ, ਇਹਦੇ ਟੈਂਡਰਨੈਸ ਪੂਰੀ ਗਈ ਵੇਖੋ, ਜੂਸੀ ਪੂਰਾ ਹੈਗਾ ਜੇ। ਅਤੇ ਸਭ ਤੋਂ ਵੱਡੀ ਪਛਾਣ ਹੀ ਇਹੀ ਹੁੰਦੀ ਹੈ ਜਦੋਂ ਹੱਡੀ ਮਾਸ ਛੱਡ ਦੇਵੇ ਤਿਆਰ ਹੈਗਾ। ਸਾਡਾ 90% ਤਿਆਰ ਆ ਜੀ ਮੁਰਗੇ ਸਾਡੇ। 90% ਅਸੀਂ ਤਾਂ ਕਰੀਦਾ ਜੀ ਜੋ ਕਸਟਮਰ ਦੀ ਦੁਬਾਰਾ ਡਿਮਾਂਡ ਆਉਣੀ ਹੈ, ਇਹਨੂੰ ਗਰਮ ਵੀ ਕਰਨਾ, ਇਹਨੂੰ ਬਟਰਿੰਗ ਵੀ ਕਰਨੀ ਆ। ਜਿਹੜੀ 10-15% ਹੈਗੀ ਉਸ ਵੇਲੇ ਕੁੱਕ ਕਰਕੇ ਬਟਰਿੰਗ ਦੇ ਨਾਲ ਆਪਾਂ ਇਹਨੂੰ ਸਰਵ ਕਰੀਦਾ ਕਚੂੰਬੜ ਦੇ ਮਿੰਟ ਸੌਸ ਦੇ ਨਾਲ। ਪ੍ਰਾਈਜ਼ ਭਾਅ ਜੀ ਇਹਦਾ ਹੈਗਾ 450 ਰੁਪਈਆ 450। ਐਡਰੈਸ ਭਾਈ ਹੋਈ ਤੁਹਾਡੇ ਛੋਟੇ ਭਰਾ ਦੀ ਦੁਕਾਨ, ਬੱਬੀ ਫਿਸ਼ ਐਂਡ ਚਿਕਨ ਕਾਰਨਰ, ਕ੍ਰਿਸਟਲ ਚੌਂਕ, ਕੂਪਰ ਰੋਡ ਦੇ ਅੰਮ੍ਰਿਤਸਰ। ਜਿਹੜੇ ਭੈਣ ਭਰਾ ਸਾਡੇ ਨਹੀਂ ਆਏ, ਇੱਕ ਵਾਰੀ ਆ ਕੇ ਛੋਟੇ ਭਰਾ ਨੂੰ ਮੌਕਾ ਦਿਓ। ਇਹਦਾ ਜਿਹੜਾ ਇੱਕ ਵਾਰੀ ਇਹ ਮੁਰਗਾ ਖਾ ਲਿਆ ਨਾ ਜਿਹਨੇ, ਉਹ ਨਹੀਂ ਜਾਂਦਾ ਭਾਅ ਜੀ ਕਿਤੇ। ਇਹ ਸਾਡੀ ਗਰੰਟੀ ਹੈਗੀ ਜੇ।